ਤਾਂ ਹੀ ਕਿਸੇ ਸਿੱਟੇ ਤੇ ਨਹੀਂ ਪੁੱਜਦੇ। ਸਮੁੱਚਤਾ ਦੇ ਲਈ ਉਹ ਸਾਰੇ ਕੁਛ ਨੂੰ ਸਮਝਣ ਲਈ ਇੱਕ ਟੀਚਾ ਮਿਥ ਕੇ ਚੱਲਣਾ ਬਹੁਤ ਜ਼ਰੂਰੀ ਆ। ਉਹ ਹੁਣ ਤੁਸੀਂ ਪੰਤਪ੍ਰੀਤ ਧੁੰਦੇ ਹੋਣਾ ਚ, ਕਥਾਕਾਰਾਂ ਵਿਚ, ਜਾਂ ਇਨ੍ਹਾਂ ਦੇ ਚਾਪਲੂਸਾਂ ਵਿਚ, ਕਿਸੇ ਚ ਵੀ ਦੇਖ ਲਓ ਕਿ ਟੀਚਾ ਹੈ ਕੋਈ। ਠੀਕ ਹੈ, ਹੁਣ ਤੁਸੀਂ ਨਾ ਜਦੋਂ ਆਪਣੇ ਆਪ ਨੂੰ ਦੇਖਿਓ ਰੇਡੀਓ ਦੀ ਜਦੋਂ ਗੱਲ ਚ ਆਪਾਂ ਜਿਹੜੀਆਂ ਗੱਲਾਂ ਕਰਦੇ ਆ, ਹੁਣ ਜਿੰਨੇ ਬੰਦੇ ਇੱਥੇ ਬੋਲਦੇ ਸਾਰੇ ਪ੍ਰੋਗਰਾਮ ਇੱਕ ਲੜੀ ਚ ਕਿਉਂ ਜਾ ਰਹੇ ਆ? ਟੀਚਾ ਇੱਕ ਟੀਚਾ ਆ। ਠੀਕ ਹੈ, ਜੇ ਉੱਥੇ ਜੋਰ ਗਿਆਨ ਦੇਣ ਦਾ ਹੋਵੇ ਤੇ ਹਰੇਕ ਬੰਦੇ ਨੇ ਆਪਣਾ ਗਿਆਨ ਦੇਣਾ, ਆਪਣਾ ਗਿਆਨ ਦੇਣਾ। ਹੁਣ ਕੀ ਹੋ ਰਿਹਾ, ਹਰੇਕ ਬੰਦਾ ਆਪਣੇ ਗਿਆਨ ਨੂੰ ਟੀਚੇ ਵੱਲ ਢਾਲ ਕੇ ਦੇ ਰਿਹਾ। ਜਿੰਨਾ ਕੁ ਉਹਦਾ ਗਿਆਨ ਟੀਚੇ ਨਾਲ ਮਿਲ ਰਿਹਾ ਆ, ਹੁਣ ਹੋ ਸਕਦਾ ਸਾਡੇ ਬੰਦਿਆਂ ਨੂੰ ਗੱਲਾਂ ਹੋਰ ਬਹੁਤ ਆਉਂਦੀਆਂ ਹੁਣ, ਪਰ ਜਿਹੜੀਆਂ ਟੀਚੇ ਨਾਲ ਨਹੀਂ ਮਿਲਦੀਆਂ ਉਹ ਨਹੀਂ ਕੀਤੀਆਂ ਜਾ ਰਹੀਆਂ, ਕਿਉਂਕਿ ਪਤਾ ਆ ਵੀ ਵਿਸ਼ਾ ਆਇਆ, ਆਪਾਂ ਜਾਣਾ ਇੱਥੇ ਆ। ਬਿਲਕੁਲ, ਉਹ ਮਿਥਣਾ ਸਾਰਿਆਂ ਦੇ ਲਈ ਬਹੁਤ ਜ਼ਰੂਰੀ ਆ, ਕਿਉਂਕਿ ਜੇ ਟੀਚਾ ਨਹੀਂ ਹੋਊਗਾ ਤਾਂ ਦਿਸ਼ਾ ਨਹੀਂ ਮਿਥੀ ਜਾ ਸਕਦੀ। ਜੇ ਦਿਸ਼ਾ ਨਹੀਂ ਹੈਗੀ ਤੁਹਾਡੀ ਤੇ ਗਤੀ ਦੇ ਕੋਈ ਅਰਥ ਨਹੀਂ ਹੈਗੇ। ਕਿੰਨੀ ਤੇਜ਼ ਆ ਤੁਸੀਂ ਉਹਦੇ ਕੋਈ ਮਾਣੇ ਨਹੀਂ ਰਹਿ ਜਾਣੇ। ਬਿਲਕੁਲ ਬਿਲਕੁਲ, ਜਿੰਨੀ ਮਰਜ਼ੀ ਤੇਜ਼ ਹੋਵੋ। ਦੂਜੀ ਗੱਲ, ਜਦੋਂ ਤੁਹਾਡਾ ਟੀਚਾ ਨਹੀਂ, ਤੁਹਾਡੀ ਦਿਸ਼ਾ ਨਹੀਂ, ਫਿਰ ਪੈਮਾਨਾ ਕੋਈ ਨੀ, ਮਿਣਤੀ ਕੋਈ ਨੀ ਹੋਣੀ ਕਿ ਤੁਸੀਂ ਕਿੰਨੇ ਕੁ ਪਹੁੰਚ ਗਏ ਆ, ਕਿੰਨੇ ਕੁ ਨੇੜੇ ਆ ਗਏ ਆ। ਜਦੋਂ ਇਹ ਨੀ ਮਿਣਿਆ ਜਾਣਾ, ਫਿਰ ਇਹ ਨੀ ਪਤਾ ਲੱਗਣਾ ਕਿੰਨਾ ਕੁ ਰਹਿ ਗਿਆ ਆ, ਫਿਰ ਇਹ ਨੀ ਪਤਾ ਲੱਗਣਾ ਤੇ ਹੋਰ ਟਾਈਮ ਕਿੰਨਾ ਲੱਗੂਗਾ, ਫਿਰ ਇਹ ਕੋਈ ਨੀ ਪਤਾ ਲੱਗਣਾ ਤੇ ਅਸੀਂ ਹੋਰ ਤਾਕਤ ਕਿੰਨੀ ਕੁ ਚਾਹੀਦੀ ਸਾਨੂੰ, ਹੋਰ ਮੋਟੀਵੇਸ਼ਨ ਕਿੰਨੀ ਕੁ ਲਈਏ। ਹਰ ਵੇਲੇ ਬੰਦੇ ਨੇ ਨਿਰਾਸ਼ਾ ਚ ਹੀ ਰਹਿਣਾ, ਪਤਾ ਨੀ ਕਿਤੇ ਕਿੱਥੇ ਪਹੁੰਚਣਾ, ਹਰ ਵੇਲੇ ਨਿਰਾਸ਼ਾ ਚ ਹੀ ਰਹਿਣਾ ਆ। ਹੁਣ ਉੱਥੇ ਉਤਸ਼ਾਹ ਕਿੱਦਾਂ ਹੋ ਸਕਦਾ, ਉੱਥੇ ਪ੍ਰਾਪਤੀ ਕਿੱਦਾਂ ਰਹਿ ਸਕਦੀ ਆ? ਠੀਕ ਹੈ, ਇਸੇ ਕਰਕੇ ਤੁਹਾਨੂੰ ਜਦੋਂ ਬੰਦੇ ਨਾ ਤੁਸੀਂ ਮਾਝੀ ਟਪਾਲੀ, ਇਹਨਾਂ ਨੂੰ ਹੁਣ ਟਪਾਲੀ ਨੇ ਪਿੱਛੇ 2-3 ਮਹੀਨੇ ਕਿੰਨੀਆਂ ਰਮਜਾਂ ਦਿੱਤੀਆਂ ਤੇ ਪੰਥਪ੍ਰੀਤ ਤੋਂ ਦੁਖੀ ਆ। ਹੁਣ ਕਮਲਿਆ, ਜੇ ਤੂੰ ਇੱਦਾਂ ਸੀਗਾ, ਜਿਹੜਾ ਤੂੰ ਸੈਂਟਰ ਖੋਲਿਆ ਉਹ ਖੋਲਣ ਤੋਂ ਪਹਿਲਾਂ ਇੱਕ ਸਟੇਟਮੈਂਟ ਦੇ ਭਾਈ ਜੀ, ਮੈਂ ਬੜਾ ਮਾਣ ਕਰਕੇ ਵਿਦਵਾਨਾਂ ਤੇ ਵੱਡੇ ਵੱਡੇ ਵਿਦਵਾਨ ਜਿਨ੍ਹਾਂ ਨੂੰ ਸਕਾਲਰ ਸਮਝਦੇ ਸੀ, ਉਹਨਾਂ ਦੇ ਮਗਰ ਲਾ ਕੇ ਟੀਚਾ ਮਿਥਿਆ ਸੀ ਅਸੀਂ, ਤੇ ਕਥਾ ਕਰਕੇ ਵਿਖਿਆਨ ਕਰਕੇ ਲੋਕਾਂ ਨੂੰ ਗਿਆਨ ਦੇ ਕੇ ਅਸੀਂ ਬਦਲਾ ਲਿਆ ਦੇਣਾ, ਤੇ ਉਹਨਾਂ ਦੀਆਂ ਕਮੀਨਗੀਆਂ ਦੇਖ ਦੇਖ ਕੇ ਮਨ ਨਿਰਾਸ਼ ਹੋ ਗਿਆ। ਠੀਕ ਹੈ, ਫਿਰ ਹੁਣ ਜਿਹੜੇ ਮਿੱਤਰ ਦੋਸਤ ਮੇਰੇ ਸਰਕਲ ਦੇ ਹੈਗੇ ਆ, ਉਹਨਾਂ ਨਾਲ ਸਲਾਹ ਕਰਕੇ ਮੈਂ ਸੋਚਿਆ ਵੀ ਦੇਖੋ ਕੁਛ ਨਾ ਕੁਛ ਕਰਨਾ ਹੀ ਆ ਨਾ ਆਪਾਂ ਚੰਗੇ ਲਈ, ਮੈਂ ਸਾਰਾ ਕੁਛ ਛੱਡ ਦਿੱਤਾ ਆ, ਮੈਂ ਆਹ ਖੇਤਰ ਚ ਚੱਲਾਂ। ਜਿਹਦੇ ਨਾਲ ਕੀ ਹੁੰਦਾ, ਬੰਦੇ ਉਹ ਜੁੜਦੇ ਇਹਦੇ ਨਾਲ ਜਿਹੜੇ ਪੰਥਪ੍ਰੀਤ ਹੋਣਾ ਤੋਂ ਪਰੇ ਸੀਗੇ, ਆਪਣੀ ਉਹਦੀ ਸਥਾਪਤੀ ਹੁੰਦੀ। ਫਿਰ ਕਮਲਿਆ ਤੋਂ ਸਾਰਿਆਂ ਨੂੰ ਇਹ ਕਹਿ ਰਿਹਾ ਆ ਵੀ ਮੈਂ ਉਹ ਬੰਦਾ ਠੀਕ ਨੀ, ਖਰਾਬੀ ਕਰਦਾ ਆ, ਉਹ ਤੋਂ ਜਿਹੜਾ ਮੇਨ ਫੰਕਸ਼ਨ ਰੱਖਿਆ ਉਹ ਚ ਪੰਥਪ੍ਰੀਤ ਨੂੰ ਮੁੱਖ ਮਹਿਮਾਨ ਬਣਾ ਕੇ ਸੱਦ ਲਿਆ। ਅਗਲੇ ਨੇ ਫਿਰ ਤੁਹਾਨੂੰ ਛਿੱਤਰ ਥੇ ਨੀ ਜਾਣਿਆ, ਉਹ ਗਿਆ ਨੀ, ਬਾਕੀ ਚੱਲ ਗਿਆ, ਪੰਥਪ੍ਰੀਤ ਨੀ ਗਿਆ, ਤੂੰ ਗੱਲ ਸਾਫ਼ ਆ। ਅਗਲਾ ਕਹਿੰਦਾ ਹੁਣ ਮੁੰਡੇ ਨੇ ਕਿਹਾ ਹੋਣਾ ਤੇ ਜੇ ਤੂੰ ਜਾ ਕੇ ਬਹਿ ਗਿਆ, ਜਿਹੜੇ ਤੇਰੇ ਸਪੋਰਟਰ ਆ ਸਾਰੇ ਉਹ ਜਾ ਕੇ ਸਪੋਰਟ ਉਹਦੀ ਕਰੂਗੇ, ਉਹ ਸਿੱਖੀ ਲਹਿਰ ਨੂੰ ਪੈਸਾ ਕਦੇ ਦਊਗੇ, ਉੱਥੇ ਦਊਗੇ। ਹੁਣ ਉਹਨਾਂ ਦਾ ਜ਼ੋਰ ਜਿੱਦਾਂ ਰੇਡੀਓ ਲਈ ਲੱਗਾ ਹੈ ਲੋਕਾਂ ਲਈ, ਕਿ ਸੁਣੋ ਨਾ, ਕਿੱਦਾਂ ਲੱਗੂਗਾ ਜਸਵਿੰਦਰ ਦਾ? ਉੱਥੇ ਪੈਸਾ ਨਾ ਦਿਓ, ਪੈਸੇ ਤਾਂ ਉਨੇ ਹੀ ਆ। ਹੁਣ ਜਿਹੜਾ ਬੰਦਾ ਮਹੀਨੇ ਦੇ 50 ਰੁਪਏ ਸਾਲ ਦਾ 600 ਉੱਥੇ ਦੇ ਰਿਹਾ ਸਿੱਖੀ ਲਹਿਰ ਨੂੰ, ਉਹ ਕਹਿੰਦੇ ਘੱਟ ਰਹੇ ਆ, ਨਾਲ ਤੁਸੀਂ ਹੋਰ ਮੈਂਬਰ ਬਣਾਓ ਤੇ ਵਿੱਚ ਟਿੰਡ ਚ ਕਰਨਾ ਆਪਣਾ ਪਾਸਾ। ਠੀਕ ਹੈ, ਉਹ ਚੀਜ਼ ਜਾਣੀ ਹਰੇਕ ਬੰਦਾ ਜਿਹੜਾ ਇਹਨਾਂ ਦਾ ਆਇਆ ਨਾ, ਇਹਨਾਂ ਨੂੰ ਦੇਖ ਕੇ ਨਾ ਇਹਨਾਂ ਕੋਲ ਟੀਚਾ, ਨਾ ਇਹਨਾਂ ਕੋਲ ਦਿਸ਼ਾ, ਨਾ ਇਹਨਾਂ ਨੂੰ ਇਸੇ ਕਰਕੇ ਇਹਨਾਂ ਚ ਉਤਸ਼ਾਹ ਨਹੀਂ ਹੈਗਾ, ਹਾਰੇ ਹਾਰੇ ਹੰਬੇ ਹੁੰਬੇ ਜਾਏ, ਡਰੇ ਡਰੇ ਜਾਏ, ਕਨਫਿਊਜ਼ ਵੀ ਤਾਂ ਹੀ ਹੋਏ ਜਦੋਂ ਅਸੀਂ ਕਹਿੰਦੇ ਹਾਂ ਕਿ ਇਹਨਾਂ ਗੱਲਾਂ ਤੇ ਧੁੰਦੇ ਹੁਣੀ ਕੋਈ ਆਪਣੀ ਸਟੇਟਮੈਂਟ ਕਿਉਂ ਨਹੀਂ ਦਿੰਦੇ, ਗੱਜ ਕੇ ਕਿਉਂ ਨਹੀਂ ਬੋਲਦੇ? ਉਹ ਕਾਰਨ ਇਹ ਆ, ਉਹਨਾਂ ਨੂੰ ਪਤਾ ਹੀ ਕਿੱਥੇ ਜਾ ਰਹੇ ਅਸੀਂ, ਉਹ ਤਾਂ ਸੂਤ ਆਇਆ ਆ ਬਸ, ਹਨਾ, ਭੇਜ ਦਾ ਸਮਾਗਮ ਹੋ ਗਿਆ, ਪੈਸੇ ਹੋ ਗਏ, ਉਹਨਾਂ ਨੂੰ ਗਿਣ ਲੈਂਦੇ ਲਾਹਾ ਲੱਗਾ ਆ, ਪਤਾ ਉਹਨਾਂ ਨੂੰ ਵੀ ਆ ਵੀ ਸਾਡੇ ਕੋਲ ਟੀਚਾ ਕੋਈ ਨੀ, ਜੋ ਇਕੱਠਾ ਹੋ ਜਾਏ ਲਾਹੇ ਦਾ ਆ, ਪਤਾ ਨੀ ਕਿਹੜੇ ਵੇਲੇ ਸਾਰਾ ਕਲੈਪਸ ਹੋ ਜਾਣਾ। ਬਿਲਕੁਲ ਬਿਲਕੁਲ, ਠੀਕ ਹੈ ਜੀ, ਏਦਾਂ ਦੀ ਗੱਲ ਆ। ਬਾਕੀ ਠੀਕ ਆ, ਜਾਣੀ ਕੋਈ ਚ ਨੀ, ਮੈਂ ਗੱਲ ਕਰਦਾ ਸੀ ਤੇ ਉਹ ਅਜੇ ਮੈਂ ਕਿਹਾ ਬਹੁਤਾ ਜਿਆਦਾ ਨਾ ਕੁਛ ਵੀ ਕਿਉਂ ਹੋਰ ਨਾ ਇੱਥੇ ਬਿੱਲ ਆ ਜੇ, ਬਿੱਲ ਇੰਨਾ ਜ਼ਿਆਦਾ ਬਿੱਲ ਸਾਡਾ ਬੱਚਾ ਸ਼ਾਇਦ ਨਾ ਆਵੇ, ਪਰ ਬੰਦਿਆਂ ਨੂੰ ਪਤਾ ਕੋਈ ਨੀ, ਸਾਡੇ ਨਾਂ ਤੇ ਆਪ ਸਬਸਕ੍ਰਾਈਬ, ਸਾਨੂੰ ਬਿੱਲ ਦੂਜਿਆਂ ਦਾ ਵੀ ਆ ਜਾਂਦਾ ਕਈ ਵਾਰੀ ਇੱਥੇ, ਗੋਰੇ ਦੇ $2500 ਦੇ ਕੇ ਹਟੇ ਆ ਉਹ ਭਾਈ, ਆਪਣੇ ਕੰਮ ਕਰਾ ਕੇ ਬਿੱਲ ਸਾਨੂੰ ਭੇਜੀ ਜਾਂਦੇ ਆ। ਕੋਈ ਨੀ, ਉਹ
ਹੁੰਦੇ ਇੱਦਾਂ ਦੇ ਤਾਂ ਜਿੰਨੇ ਮਰਜ਼ੀ ਕਮੀਣੇ ਆ ਜਾਣ ਇੱਦਾਂ ਦਿਆਂ ਨੂੰ ਤਾਂ ਯਾਨੀ ਸਾਨੂੰ ਨਾ ਖੁਸ਼ੀ ਨੀ ਹੁੰਦੀ ਆ ਮੈਂ ਤਾਂ ਦੱਸਾਂ ਮੈਂ ਤਾਂ ਪਹਿਲੇ ਜਦੋਂ ਆਇਆ ਸੀ ਮੈਂ ਤਾਂ ਪਹਿਲੇ ਦਿਨੇ ਕਿਸਾ ਪੇ ਇੱਦਾਂ ਸੋਚਿਆ ਵੀ ਦੇ ਦੇਣੇ ਆ ਪਤਾ ਕੀ ਹੋ ਗਿਆ ਪਰ ਉਹ ਵਕੀਲ ਗੋਰਾ ਵਕੀਲ ਸੀਗਾ ਉਹ ਕਹਿੰਦਾ ਨਹੀਂ ਇੱਦਾਂ ਨੀ ਵੀ ਤੂੰ ਜਾ ਕੇ ਘੱਟੋ ਘੱਟ ਜਾ ਕੇ ਪਤਾ ਕਰਕੇ ਆ ਵੀ ਤੈਨੂੰ ਤੇਰਾ ਐਕਸਪੀਰੀਅੰਸ ਹੋਊਗਾ ਤੇ ਉੱਥੇ ਤੇਰਾ ਖਰਚਾ ਥੋੜੀ ਹੋਣਾ ਕੋਈ ਜਾ ਕੇ ਬਹਿਣਾ ਤਾਂ ਬੈਠ ਕੇ ਉਹਦੇ ਨਾਲ ਗੱਲ ਕਰਕੇ ਜੋ ਜੋ ਹੋਊਗਾ ਜੇ ਉਹ ਕਹਿਣਗੇ ਦੇ ਦੇਈ ਤੇ ਮੁੜ ਕੇ ਤੁਸੀਂ ਗਾਹਾਂ ਲਈ ਤੁਹਾਨੂੰ ਅੰਦਾਜ਼ਾ ਹੋਜੂ ਫਿਰ ਤੋਂ ਖਣਕ ਆਏਗਾ ਹੁਣ ਹੁਣ ਇਹਨਾਂ ਨੂੰ ਬੇਨਤੀ ਆ ਤੇ ਆਪਣੇ ਵਰਗਾ ਕਮੀਣਾ ਹੁਣ ਭੇਜੋ ਕੋਈ ਨਾ ਇੱਥੇ ਬਾਹਰ ਦਰਖਤ ਨਾ ਬੰਨ ਕੇ ਰੱਖਿਆ ਪਹਿਲਾਂ 6 ਮਹੀਨੇ ਸਾਡੇ ਭਰੋਸੇ ਦਾ ਨਜਾਇਜ਼ ਫਾਇਦਾ ਚੱਕਿਆ ਇਹਨਾਂ ਬੰਦਿਆਂ ਨੇ ਉਹਦੇ ਨਾਲ ਫਾਇਦਾ ਇੰਨਾ ਹੋ ਗਿਆ ਨਾ ਗਾਹਾਂ ਕੰਮ ਤਾਂ ਸਾਡਾ ਅਜੇ ਸ਼ੁਰੂ ਹੋਣਾ ਆ ਠੀਕ ਆ ਹੁਣ ਜਦੋਂ ਅਸੀਂ ਲਾਈਵ ਹੋਣਾ ਰੇਡੀਓ ਲਾਈਵ ਕਰਨਾ ਉਦੋਂ ਸਾਡਾ ਕੰਮ ਤਾਂ ਸ਼ੁਰੂ ਹੋਣਾ ਅਜੇ ਮੁੜ ਕੇ ਤਾਂ ਨੀ ਬੰਦਾ ਕੋਈ ਪੜਦਾ ਨਾ ਹੁਣ ਠੀਕ ਆ ਇਹ ਕਰਕੇ ਦਿਖਾ ਦੇ ਗਾਹਾਂ ਕੀ ਕਰਦੇ ਚਲੋ ਠੀਕ ਆ ਜੀ ਠੀਕ ਆ ਜੀ ਧੰਨਵਾਦ ਜੀ।